ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ? ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਅੱਜ ਅਸੀਂ ਫੇਰ ਆਏ ਹਾਂ ਇੱਕ ਸੈਲੀਬ੍ਰਿਟੀ ਨੂੰ ਮਿਲਣ। ਕਿੱਥੇ ਆਏ ਸੀ ਆਪਾਂ? ਅਸੀਂ ਆਏ ਮੰਨਤ ਨੂਰ ਮੈਮ ਦੇ ਘਰ। ਮੰਨਤ ਨੂਰ ਮੈਮ, ਤੁਸੀਂ ਸਾਰੇ ਉਹਨਾਂ ਦੀ ਆਵਾਜ਼ ਬਹੁਤ ਸੋਹਣੀ, ਬਹੁਤ ਸੋਹਣੀ ਸੋਹਣੀ ਮੂਵੀਜ਼ ਦੇ ਵਿੱਚ ਸੋਹਣੇ ਸੋਹਣੇ ਸੌਂਗ ਨੇ, ਬਹੁਤ ਸ਼ਾਨਦਾਰ ਆਵਾਜ਼ ਹੈ ਉਹਨਾਂ ਦੀ। ਅੱਜ ਉਹਨਾਂ ਨੂੰ ਮਿਲਣ ਆਏ ਆਪਾਂ। ਮੋਸਟਲੀ ਉਹਨਾਂ ਦੇ ਸੌਂਗਸ ਤੇ ਹੀ ਆਪਣਾ ਡਾਂਸ ਸਟਾਰਟ ਕੀਤਾ ਸੀ, ਲੌਂਗ ਲਾਚੀ ਤੇ ਫਿਰ ਕਾਲਾ ਸੂਟ, ਤੇ ਅੱਜ ਸੀਰਤ ਦਾ ਡ੍ਰੀਮ ਪੂਰਾ ਹੋਏਗਾ ਉਹਨਾਂ ਨੂੰ ਮਿਲਣ ਦਾ। ਲੌਂਗ ਵੇ ਮੈਂ ਲਾਚੀ, ਜਿਹੜਾ ਜਿਹਦੇ ਤੇ ਨੀਰੂ ਬਾਜਵਾ ਮੈਮ ਉਹ ਫਿਲਮ ਵਿੱਚ ਹੈ ਨਾ, ਡਾਂਸ ਕੀਤਾ ਬੜਾ ਸੋਹਣਾ, ਉਹ ਗਾਣਾ ਬਹੁਤ ਹਿੱਟ ਹੋਇਆ। ਬੜੇ ਗਾਣੇ ਇਹਨਾਂ ਦੇ ਸਾਰੇ ਹਿੱਟ ਨੇ ਆਲਮੋਸਟ, ਬਹੁਤ ਸ਼ਾਨਦਾਰ ਸੀਰਤ ਦੀਆਂ ਉਹਨਾਂ ਦੇ ਸੌਂਗਸ ਤੇ ਉੱਪਰ ਨੇ, ਤੇ ਬਹੁਤ ਸਾਰੀ ਫਿਲਮਾਂ ਦੇ ਵਿੱਚ ਉਹਨਾਂ ਦੇ ਗਾਣੇ ਨੇ, ਤੇ ਅੱਜ ਆਪਾਂ ਉਹਨਾਂ ਨੂੰ ਮਿਲਣ ਆਏ ਆ, ਨਾਲੇ ਤੁਹਾਨੂੰ ਮਿਲਵਾਨੇ ਆ, ਨਾਲੇ ਤੁਹਾਨੂੰ ਮੋਹਾਲੀ ਆਏ ਆ ਅੱਜ, ਤੇ ਆ ਜਾਓ ਫਿਰ ਚੱਲਦੇ ਆ ਮਿਲਦੇ ਆ ਉਹਨਾਂ ਨੂੰ। ਚਲੋ ਗਾਈਸ, ਆਪਾਂ ਪਹੁੰਚ ਕੇ ਮੰਨਤ ਨੂਰ ਮੈਮ ਹੋਰਾਂ ਦੇ ਫਲੈਟ ਤੇ। ਸਤਿ ਸ਼੍ਰੀ ਅਕਾਲ। ਸੀਰਤ ਹੋ ਗਈ ਹੈ ਰੇਡੀ, ਅੱਜ ਇਹਨੇ ਸ਼ੂਟ ਕਰਨਾ, ਕਿਹਦੇ ਨਾਲ ਕਰਨਾ? ਮੰਨਤ ਨੂਰ ਮੈਮ ਨਾਲ ਸ਼ੂਟ ਕਰਨਾ ਗੁਰਸੀਰ ਨੇ, ਮੈਚਿੰਗ। ਠੀਕ ਹੈ, ਬਸ ਅਸੀਂ ਨੀਚੇ ਆ ਕੇ ਬਣਾ ਕੇ ਆ ਰਹੇ ਹਾਂ। ਹਾਂ ਹਾਂ, ਫਿਰ ਖਾਣਾ ਖਾ ਕੇ। ਠੀਕ ਹੈ ਮੈਮ, ਹੋਰਾਂ ਦਾ ਵੀ ਫਿਰ ਚੱਲਨੇ ਆ। ਪਿੰਕ ਡਰੈਸ ਹੈ ਗੁਰਸੀਰ ਦੀ, ਪਿੰਕ ਡਰੈਸ ਹੈ ਦੀ ਆ ਰੱਖੋ। ਕੀ ਛੇੜਖਾਨੀਆਂ ਕਰੇਗਾ? ਆ ਵੇਖੋ ਛੋਟਾ ਸਟਾਰ ਇਹਨਾਂ ਦਾ ਗੈਬੂ, ਬੜਾ ਕਿਊਟ ਹੈ ਛੋਟੂ। ਓਏ ਓਏ, ਗੁੱਸਾ ਕਰ ਗਿਆ। ਲੋ ਜੀ, ਆਪਣਾ ਇੰਦਰ ਗਿੱਲ ਬਾਈ ਵੀ ਆ ਗਿਆ, ਫੋਟੋਗ੍ਰਾਫਰ ਆਪਣਾ, ਅਤੇ ਬਾਈ ਦੀ ਫੋਟੋਗ੍ਰਾਫੀ ਤੁਹਾਨੂੰ ਪਤਾ ਹੀ ਹੈ, ਬੜੀ ਘੈਂਟ ਆ। ਵੀਡੀਓਗ੍ਰਾਫੀ ਵੀ ਬਹੁਤ ਸੋਹਣੀ ਹੈ ਬਾਈ ਦੀ, ਅਤੇ ਗੁਰਫਤਿਹ ਸਿੰਘ ਕੀ ਕਰ ਰਹੇ, ਚਿੱਲ ਕਰ ਰਹੇ ਨੇ, ਗਰਮੀ ਦੇ ਵਿੱਚ ਚਿੱਲ ਹੋ ਰਿਹਾ। ਅਤੇ ਅੱਜ ਮੰਨਤ ਨੂਰ ਮੈਮ ਦਾ ਸੌਂਗ ਆਇਆ ਨਿਊ, ਇਹਨਾਂ ਨੇ ਆਪਣੀ ਪ੍ਰੋਡਕਸ਼ਨ ਤੋਂ ਲਾਂਚ ਕੀਤਾ ਸੌਂਗ। ਵੈਸੇ ਤਾਂ ਪਲੇਬੈਕ ਸਿੰਗਰ ਨੇ, ਆਲਮੋਸਟ ਮੂਵੀਜ਼ 'ਤੇ ਮੈਮ ਦੇ ਹੀ ਸੌਂਗ ਹੁੰਦੇ ਆ। ਤੁਸੀਂ ਬਹੁਤ ਸਾਰੇ ਇਹਨਾਂ ਦੇ ਸੋਹਣੇ ਸੋਹਣੇ ਸੌਂਗ ਸੁਣੇ ਆ, ਜਿੱਦਾਂ ਲੌਂਗ ਵੇ ਮੈਂ ਲਾਚੀ, ਇਹਨਾਂ ਦਾ ਉਹ ਵੀ ਸੌਂਗ ਆ, ਅਤੇ ਉਸ ਮੂਵੀ 'ਚ ਆਲਮੋਸਟ ਸੌਂਗ ਇਹਨਾਂ ਦੇ ਸੀ, ਅਤੇ ਬਹੁਤ ਸਾਰੀਆਂ ਮੂਵੀਆਂ ਨਾਮ ਵੀ ਨਹੀਂ ਯਾਦ ਮੈਨੂੰ ਤਾਂ ਨੇ, ਅਤੇ ਤੁਹਾਨੂੰ ਪਤਾ ਹੀ ਆ ਨਾਮ ਬਹੁਤ ਆ ਮੈਮ ਦਾ, ਬਹੁਤ ਸੋਹਣੀ ਆਵਾਜ਼ ਆ, ਉਹ ਜਿੰਨੀ ਮਿੱਠੀ ਆਵਾਜ਼ ਉਨਾ ਹੀ ਵਧੀਆ ਨੇਚਰ ਆ ਮੈਮ ਦਾ। ਸੋ ਅੱਜ ਗੁਰਸੀਰਤ ਨੂੰ ਬੁਲਾਇਆ ਇਹਨਾਂ ਨੇ, ਆਪਣੇ ਨਵਾਂ ਸੌਂਗ ਜਿਹੜਾ ਇਹਨਾਂ ਦਾ ਆ ਰਿਹਾ, ਅਤੇ ਉਹਦੇ ਲਈ ਫਿਰ ਗੁਰਸੀਰਤ ਨਾਲ ਰੀਲ ਸ਼ੂਟ ਕਰਨੀ ਆ। ਆਪਾਂ ਆਏ ਹਾਂ ਮੋਹਾਲੀ, ਅਤੇ ਪ੍ਰੈਕਟਿਸ ਕਰ ਰਹੇ ਹਾਂ ਹਜੇ ਵੀ ਆਪਾਂ, ਕਿੱਦਾਂ ਕੀ ਆਪਣੀ ਕੋਰੀਓਗ੍ਰਾਫੀ ਜਿੰਨੀ ਕੁ ਆਉਂਦੀ ਹੈ ਖੁਦ ਹੀ ਕਰਕੇ ਕਰਨੀ ਹੈ। ਗੁਰਸੀਰਤ ਦੀ ਮੰਮਾ ਉਹਨਾਂ ਨੂੰ ਸਮਝਾ ਰਹੀ ਆ ਵੀ ਕਿੱਦਾਂ ਕਿੱਦਾਂ ਕਿਹੜਾ ਸਟੈਪ ਕਿਵੇਂ ਕਰਨਾ, ਤਾਂ ਫਿਰ ਉਦੋਂ ਬਾਅਦ ਸ਼ੂਟ ਹੋਏਗਾ, 2-3 ਰੀਲ ਸ਼ੂਟ ਕਰਾਂਗੇ, ਅਤੇ ਫਿਰ ਆਪਾਂ ਅੱਗੇ ਵਿਖਾਉਂਦੇ ਹਾਂ ਤੁਹਾਨੂੰ। ਲੋਕੇਸ਼ਨ ਬਹੁਤ ਸੋਹਣੀ ਆ, ਬੜੀ ਵਧੀਆ ਲੋਕੇਸ਼ਨ ਆ, ਸ਼ਾਨਦਾਰ ਜੀ, ਮੋਹਾਲੀ ਦੇ ਵਿੱਚ। ਗਰਮੀ ਕਾਫੀ ਆ ਜਾਣ, ਮੌਸਮ ਤੁਹਾਨੂੰ ਪਤਾ ਹੀ ਆ, ਬਾਕੀ ਆ ਜਾਓ ਅੱਗੇ ਤੁਹਾਨੂੰ ਵਿਖਾਉਂਦੇ ਹਾਂ, ਅੱਗੇ ਸ਼ੂਟ ਕਰਦੇ ਰਹਾਂਗੇ, ਵਿਖਾਉਂਦੇ ਰਹਾਂਗੇ ਕਿੱਦਾਂ, ਅਤੇ ਬੈਕ ਟੂ ਬੈਕ ਆਪਣਾ ਸੈਲੀਬ੍ਰਿਟੀਜ਼ ਨਾਲ ਮਿਲਣ ਦਾ ਸਿਲਸਿਲਾ ਜਾਰੀ ਆ। ਸੋ ਅੱਜ ਮੰਨਤ ਨੂਰ ਮੈਮ ਹਰਾਂ ਕੋਲ ਆਏ ਹਾਂ, ਕੱਲ੍ਹ ਨੂੰ ਫਿਰ ਕਿਧਰੇ ਹੋਰ ਵੀ ਜਾਣਾ ਇੱਕ ਦੋ ਜਗ੍ਹਾ, ਫਿਰ ਤੁਹਾਨੂੰ ਉਹ ਦੱਸਾਂਗੇ ਅੱਗੇ ਕਿੱਦਾਂ ਕਿੱਦਾਂ ਕੀ ਸੀ ਨਾ। ਆ ਜਾਓ ਫਿਰ। ਚੱਲ ਰਿਹਾ ਹੈ ਮਾਰੋ ਮਾਰ, ਗਰਮੀ ਬਹੁਤ ਆ, ਗਰਮੀ 'ਚ ਬੜਾ ਔਖਾ ਹੁੰਦਾ, ਅਤੇ ਹੁਣ ਭੁੱਲ ਗਈਆਂ ਨੇ ਫਿਰ ਸਟੈਪ, ਕੋਈ ਨਾ ਕੋਈ ਵਿੱਚ ਗੜਬੜ ਹੋ ਜਾਂਦੀ ਹੈ। ਡਾਂਸ ਕਰਨਾ ਵੀ ਕੋਈ ਸੌਖਾ ਕੰਮ ਨਹੀਂ, ਇਹਦੇ ਲਈ ਬੜੀ ਮਿਹਨਤ ਕਰਨੀ ਪੈਂਦੀ, ਕਦੀ ਕੋਈ ਸਟੈਪ ਹੋ ਜਾਂਦੀ ਗੜਬੜ, ਕੋਈ ਇੱਕ ਮਾੜਾ ਮੋਟਾ ਗੜਬੜ ਹੋਈ ਅਤੇ ਫਿਰ ਦੁਬਾਰਾ ਤੂੰ ਕਰਨਾ ਪੈਂਦਾ। ਅਤੇ ਫਤਿਹ, ਤੂੰ ਕਿਉਂ ਤੰਗ ਹੁੰਦਾ ਪਿਆ ਬੱਚਾ ਗਰਮੀ 'ਚ? ਕਿੰਨਾ ਹਾ, ਠੰਡੀ ਠੰਡੀ ਹਵਾ, ਛਾਵੇਂ ਖਲੋਵੇ, ਕਿੰਨਾ ਸੋਹਣਾ ਮੌਸਮ। ਫਤਿਹ ਕਿੱਦਾਂ, ਫਿਰ ਆ ਰਿਹਾ ਮਜ਼ਾ ਕਿ ਨਹੀਂ? ਪੂਰਾ ਚਿੱਲ ਹੋ ਰਿਹਾ ਹੈ, ਕੋਈ ਨਹੀਂ ਹੋ ਰਿਹਾ ਚਿੱਲ? ਕਿਵੇਂ ਹੋਏਗਾ ਚਿੱਲ ਦਾ, ਕਿਵੇਂ ਕਰੇਗਾ ਚਿੱਲ? ਹੈਂ, ਠੰਡਾ ਮੌਸਮ ਫਿਰ ਚਿੱਲ ਕਰੇਗਾ, ਠੰਡਾ ਮੌਸਮ। ਇੱਧਰ ਦੇਖੋ ਚਿੱਲ ਬਾਈ, ਚਿੱਲ ਵਾਲਾ ਕਿਵੇਂ ਹੁੰਦਾ ਸਾਈਨ, ਚਿੱਲ ਕਿਵੇਂ ਕਰਨੇ? ਆਹੋ ਆਹੋ, ਅੱਛਾ ਐਵੇਂ ਚਿੱਲ ਕਰਨੇ, ਐਵੇਂ ਵੀ ਤਾਂ ਕਰਨੇ।
गर्मी शूट करना बड़ा औखा है। गुरसीरत दा ते मन्नत नूर मैम दोवां दा गर्मी नाल बुरा हाल, पसीनो पसीनी हो गई बेचारियां। रील्स बना लिया इन्होंने, पिक्स वगैरह का कर रहे हैं, कुछ स्लो मोशन वगैरह कर रहे हैं, बहुत पंगे है ना। फोटो वेखनिया वेखन बड़ी सोहनिया सारिया लगदियां, पर किवें खिचाइया वो पता लगता जिन्हें खिचवाइया पता, गर्मी के काफ़ी औखा हो जाता है। इदा मोटो गर्मी लगती, गर्मी बेटा गर्मी लगे, हवा तो चलती भी सोहनी आ गया सी, ऐ सी भी चल ठीक रहेगा मौसम, सोहनी ठंडी हवा। सवेरे एक बार बरसात आ गई साढ़े कोल, बट जो इतने फिर उदो बाद इतने भी आई थिंक आई हो पता नहीं, बट साढ़े को आई थी बरसात सवेरे, पर फिर उदो बाद छां च आ जा बेटा, तो फिर गर्मी हो गई उस तो बाद। सो हवा उंज ठंडी चलती भी है, बट थोड़ा जहा धुप जी ज़्यादा लग रही है। हवा तो बहुत सोहनी है, ठंडी हवा को पूरे सारे दरख्तों के पत्ते पूरी जोर ना हिल रहे हैं, हवा ठंडी है, बट वो जो धुप थोड़ी तेज है इस करके। गुरफतेह सिंह खंभिया पै बोर हो रहा, कत बोर हो रहा, पता नहीं मज़ा नहीं आ रहा, कुछ शरारत करने इतने कुछ लभ नहीं रहा, की शरारत करे की पंगा करे, सो यह चीज़ इन लभ नहीं रही हूँ, इन बोर हो रहा है पते। आओ देखो साढ़े टैडी बीयर, साढ़ा टैडी टैडी बीयर की हो, टैडी बीयर पसीना ज़्यादा आ रहा है, पसीना तो आना ही बेटा, गर्मी है पसीना तो आएगा ही। हाले तो हूँ मन्नत नूर मैम ने असी कर लिया, तो हूँ असी फिर थोड़ा जहा रेस्ट करके फिर मेरा दूसरा होना है अलग, मेरी दूसरी ड्रेसिस का भी। हाँ नहीं, गुरसीरत ने अपना सिंगल भी अपने एक दो ड्रेसिस उहदे विच शूट करने ने, वह भी आप हजे करना, और ड्रैस चेंज करके फिर करा। गर्मी बेटा हवा तो ठंडी होना, उस ह्यूमिडिटी ज़्यादा है ना, इस करके पसीना आ रहा। फतेह फतेह थक चुका पूरा, सुता पे फतेह नहीं सुता पे, फतेह नहीं सुता पे, सुता पे सुता पे सूट सूट वेखो सीरत का, मम्मा का सेम सूट आ, बहुत सोहना कि भेजा है बहुत प्यार कर रहे, बड़ा मान सत्कार, बड़ी खुशी होंगी, चंगे इंसान ने बहुत वधिया। तो हम लंच करके फिर आप कर दें गलबात अगे मैम के नाल, हम लंच करके हो गए फ्री, तो मैम ने हम डबिंग लिए जाना, न्यू सोंग आ रहा मैम का एक होर आँदी रेंदे इन्हों के है ना, हूँ अपने इन्होंने अपने लेबल तो अपने चैनल तो सोंग कर रहे मैम, उसका प्लेबैक सिंगिंग करते मैम ज़्यादातर मूवीज़ ना, बहुत सोहने सोहने सोंग तुम सारे ने सुने, जानते भी हो मैम ने चंगी तरह। सो अज फिर मैम ने थोड़ा हूँ जल्दी जल्दी जाना, सो इस करके आप भी हूँ फ्री होकर फिर जा रहे हैं, लंच कर लिया आप। मैम अपने एक चैनल बारे भी दसो, अपना यूट्यूब चैनल हूँ शुरू किया, जिहड़ा मेरा माही गाना सारे ने सुनिया वो गाना मेरे अपने एम एन मैलडी चैनल तो सीगा। सो सारे रिक्वेस्ट है जिन्हें भी तुम देख रहे हो एम एन मैलडी चैनल, नीचे लिंक भी दिता हुआ, तुम सारे जने क्लिक करके मेरा चैनल ओपन होएगा उन्हों सबसक्राइब करो, तो बैल आइकन दबाना ना भुलना, क्योंकि बड़ी खुशी वाली गल है, प्राउड फील हुंदा, तो तुसी एक बहुत वड्डा नाम है ना, तुहाडा इंडस्ट्री बहुत सोहनी आवाज तुहाडी, जिन्नी सोहनी तुहाडी आवाज है तुहाडा नेचर उस तों भी वधिया, इन्ना रिगार्ड कीता बड़ा चंगा लगा सानू, बड़ी खुशी हुई। तो सारे रिक्वेस्ट है सारे नू, प्लीज तुसी मैम दे चैनल नू सब्सक्राइब करो, सब्सक्राइब करो ते बेल आइकन नू भी उनां दे चैनल नू प्रेस कर दियो, एंड जिन्नो थानू न्यू न्यू ना जेडी वीडियो आएगी ओदी अपडेट मिलदी रहे। यस थैंक यू सो मच गाइस, आपां थल्ले डिस्क्रिप्शन च लिंक दवांगे, जे तुसी मैम दे चैनल नू सब्सक्राइब करना, बेल आइकन प्रेस कर लियो, ते फिर थानू सोहणे सोहणे सोंग वेखण नू सुणन नू मिलणगे। थैंक यू सो मच मैम, बाय बाय, थैंक यू। बाई पूरी सेवा कर रहे साड़ी, लंच भी तैयार किया, मन्नत नूर
मैम दे वड्डे सिस्टर ने ते बहुत सोहना नेचर मैम का भी ते जदों दे आए हैं उदों दी लगे ही आ कदी कुछ लिया के सेवा करा रहे हैं पूरी। थैंक यू सो मच मैम, तुसी इन्ना मान सत्कार किया, बड़ी खुशी हुई सानू। थैंक यू सो मच जी, धन्यवाद तुहाडा। सीरियस खाना नहीं हलवा खाओ, मीठा मीठा आ जाओ गाइस, तुहानू भी खवाइए सारिआं नू। कर दो फिर वीडियो नू लाइक कमेंट शेयर मैक्सिमम, चैनल नू सब्सक्राइब करया करो ते बैल आइकन भी प्रेस ਵੀਡੀਓਸ ਦੀ ਅਪਡੇਟ ਮਿਲਦੀ ਰਹੇ। ਯੈਸ ਯੈਸ ਯੈਸ, ਅਸੀਂ ਜਿੰਨਾ ਚਿਰ ਖਾਂਦੇ ਹਾਂ ਗਰਮ ਗਰਮ ਹਲਵਾ ਸਾਡਾ ਕੜਾਹ, ਅਤੇ ਫਿਰ ਤੁਸੀਂ ਉਹਨਾਂ 'ਚ ਕਰੋ ਲਾਈਕ। ਤੇਰੀ ਮੰਮਾ ਦਾ ਸ਼ੂਟ ਚੱਲ ਰਿਹਾ, ਐਡਰੈਸ ਜਿਨ੍ਹਾਂ ਨੇ ਭੇਜੀ ਹੈ, ਅਤੇ ਫੋਟੋ ਸ਼ੂਟ ਹੋਏਗਾ, ਕੁਛ ਰੀਲ ਰੂਲਸ ਵੀ ਆਉਣਗੀਆਂ, ਅਤੇ ਇੰਦਰ ਪੂਰੀ ਮਿਹਨਤ ਜਾਰੀ ਹੈ। ਇੰਦਰ ਦਾ ਵੀ ਆਪਾਂ ਤੁਹਾਨੂੰ ਯੂਟਿਊਬ ਚੈਨਲ ਡਿਸਕ੍ਰਿਪਸ਼ਨ ਵਿੱਚ ਲਿੰਕ ਦੇਵਾਂਗੇ, ਸੋ ਤੁਸੀਂ ਸਬਸਕ੍ਰਾਈਬ ਕਰਿਓ ਇਹਦਾ ਚੈਨਲ। ਜੇ ਕਿਸੇ ਨੇ ਕੋਈ ਵੈਡਿੰਗ ਸ਼ੂਟ, ਪ੍ਰੀ ਵੈਡਿੰਗ ਸ਼ੂਟ, ਬਰਥਡੇ ਸ਼ੂਟ, ਕੁਛ ਵੀ ਕਿਸੇ ਟਾਈਪ ਦਾ ਸ਼ੂਟ ਜਾਂ ਆਪਣਾ ਪੋਰਟਫੋਲੀਓ ਸ਼ੂਟ, ਕੋਈ ਵੀ ਤੁਸੀਂ ਸ਼ੂਟ ਜੇ ਕਰਵਾਉਣਾ ਚਾਹੁੰਦੇ ਹੋ ਤਾਂ ਇੰਦਰ ਦੇ ਚੈਨਲ ਦਾ ਆਪਾਂ ਲਿੰਕ ਡਿਸਕ੍ਰਿਪਸ਼ਨ 'ਚ ਦੇਵਾਂਗੇ, ਅਤੇ ਤੁਸੀਂ ਇੰਦਰ ਨੂੰ ਸਬਸਕ੍ਰਾਈਬ ਕਰਿਓ ਇਹਦੇ ਚੈਨਲ ਨੂੰ। ਕਿਸੇ ਨੇ ਵੀ ਆਪਣਾ ਕੋਈ ਮੈਰਿਜ ਦਾ ਸ਼ੂਟ, ਪ੍ਰੀ ਵੈਡਿੰਗ ਸ਼ੂਟ, ਵੈਡਿੰਗ ਸ਼ੂਟ, ਬਰਥਡੇ ਸ਼ੂਟ, ਕੁਛ ਵੀ ਕੋਈ ਵੀ ਪਾਰਟੀ ਓਕੇਜ਼ਨ ਕਿਸੇ ਟਾਈਪ ਦਾ ਸ਼ੂਟ, ਆਪਣਾ ਪੋਰਟਫੋਲੀਓ ਸ਼ੂਟ ਜਾਂ ਉੱਦਾਂ ਪਰਸਨਲ ਕੋਈ ਆਪਣਾ ਫੋਟੋ ਸ਼ੂਟ ਕਰਵਾਉਣਾ, ਅਤੇ ਤੁਸੀਂ ਇੰਦਰ ਨਾਲ ਕੰਟੈਕਟ ਕਰ ਸਕਦੇ ਹੋ। ਅਸੀਂ ਇਹਦਾ ਕੰਟੈਕਟ ਨੰਬਰ ਵੀ ਅਤੇ ਚੈਨਲ ਦਾ ਲਿੰਕ ਵੀ ਡਿਸਕ੍ਰਿਪਸ਼ਨ 'ਚ ਮੈਂਸ਼ਨ ਕਰ ਦੇਵਾਂਗੇ। ਸੋ ਬਹੁਤ ਸੋਹਣੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ, ਐਵਰੀਥਿੰਗ ਸਾਰਾ ਕੁਝ ਬਹੁਤ ਵਧੀਆ ਹੁੰਦਾ, ਤੁਸੀਂ ਵੇਖਿਆ ਹੀ ਆ ਅਕਸਰ ਜਿਹੜੀਆਂ ਬਹੁਤ ਸੋਹਣੀ ਸੋਹਣੀਆਂ ਫੋਟੋਜ਼ ਨੇ ਉਹ ਇੰਦਰ ਹੀ ਕਲਿੱਕ ਕਰਦਾ। ਵੀਡੀਓਜ਼ ਜਦੋਂ ਸਪੈਸ਼ਲ ਸ਼ੂਟ ਹੁੰਦੇ ਆ, ਰੀਲਸ ਵੀ ਇੰਦਰ ਹੀ ਸ਼ੂਟ ਕਰਦਾ। ਫਤਿਹ ਕੈਮਰੇ ਦੇ ਵਿੱਚ ਆ ਰਿਹਾ, ਕੈਮਰੇ ਦੇ ਵਿੱਚ ਇਹਨੂੰ ਕੈਪਚਰ ਕਰੋ। ਕੀ ਸ਼ਰਾਰਤਾਂ ਕਰ ਰਿਹਾ ਤੂੰ ਦੱਸ, ਫਤਿਹ ਦਾ ਸ਼ੂਟ ਹੋਏਗਾ ਅੱਜ, ਅੱਜ ਫਤਿਹ ਦਾ ਸ਼ੂਟ ਏ। ਇਹਨੇ ਉਹ ਜਿਹੜੀ ਬੋਡੀ ਬਿਲਡਿੰਗ ਵਾਲੀ ਮਾਡਲਿੰਗ ਹੁੰਦੀ ਉਹ ਕਰਨੀ ਹੈ ਫਤਿਹ ਨੇ, ਜਿਹਦੇ ਵਿੱਚ ਕੱਪੜੇ ਉਤਾਰ ਕੇ ਤੇ ਇਹਦਾ ਸ਼ੂਟ ਹੋਏਗਾ। ਕੱਪੜੇ ਕਰ ਨੰਗਾ ਪੂਰਾ, ਉਹ ਟਾਵਰ ਦੇ ਉੱਤੇ ਕੀ ਗੱਲ ਵੇਖ ਰਿਹਾ। ਮੰਮਾ ਦਾ ਅਤੇ ਗੁਰਸ਼ੀਰਤ ਦਾ ਸ਼ੂਟ ਚੱਲ ਰਿਹਾ, ਇਹਨਾਂ ਨੇ ਐਡਰੈਸ ਬੜੀ ਸੋਹਣੀ ਭੇਜੀ ਉਹਦੇ ਲਈ ਸ਼ੂਟ, ਫੋਟੋ ਦਾ ਵੀ ਅਤੇ ਕੁਛ ਰੀਲਸ ਦਾ ਵੀ। ਹੁਣ ਫਤਿਹ ਦਾ ਸ਼ੂਟ ਵੀ ਹੁਣ ਸ਼ੁਰੂ ਹੋਣਾ ਨਾ, ਫਤਿਹ ਬਹੁਤ ਬੋਰ ਹੋ ਰਿਹਾ, ਫਤਿਹ ਦੱਬ ਕੇ ਛਾਵੇਂ ਖਲੋ ਫਤਿਹ, ਧੁੱਪੇ ਨੀ ਗਾਈਜ਼। ਹੁਣ ਸ਼ੂਟ ਹੋ ਗਿਆ ਕੰਪਲੀਟ, ਮੰਨਤ ਨੂਰ ਮੈਮ ਚਲੇ ਗਏ, ਉਹਨਾਂ ਨੇ ਆਪਣੀ ਡਬਿੰਗ ਲਈ ਜਾਣਾ ਸੀ, ਨਿਊ ਸੌਂਗ ਆ ਰਿਹਾ ਉਹਨਾਂ ਦਾ, ਅਤੇ ਆਪਾਂ ਗੁਰਸੀਰਤ ਤੇਰੀ ਮੰਮਾ ਦਾ ਆਹ ਵਾਲੇ ਡਰੈਸਿਸ ਇਹਨਾਂ ਨੇ ਪਾਈਆਂ ਨੇ, ਇਹਦਾ ਇੱਕ ਡਰੈਸ ਸ਼ੂਟ ਕੀਤਾ, ਗਰਮੀ ਬਹੁਤ ਜ਼ਿਆਦਾ ਇਸ ਕਰਕੇ ਕੁਛ ਫੋਟੋ ਫਾਟੋਜ਼ ਖਿੱਚੀਆਂ ਨੇ ਅਤੇ ਸ਼ੂਟ ਕੀਤਾ ਜਿਹੜਾ ਹੋ ਗਿਆ। ਹੁਣ ਆਪਾਂ ਫਤਿਹ ਵੀ ਥੱਕਿਆ ਹੰਬਿਆ ਪਿਆ, ਅਤੇ ਹੁਣ ਅਸੀਂ ਚੱਲੇ ਹਾਂ ਗੁਰਸੀਰਤ ਦੇ ਮਾਮਿਆਂ ਪਿੰਡ, ਲੁਧਿਆਣਾ ਕੱਲ, ਪਰਸੋਂ ਫੇਰ ਆਪਾਂ ਚੰਡੀਗੜ੍ਹ ਹੀ ਆਉਣਾ। ਸੋ ਅੱਜ ਗੁਰਸੀਰਤ ਦੇ ਮਾਮਿਆਂ ਤੇ ਹੀ ਰੁਕਾਂਗੇ ਆਪਾਂ ਅੱਜ ਰਾਤ, ਤੇ ਕੱਲ ਨੂੰ ਉੱਥੇ ਨਿਕਲਾਂਗੇ। ਸੋ ਫਤਿਹ ਕਾਲੇ ਕਾਲੇ ਮੂੰਹ ਆ ਰਹੇ ਨੇ ਨਾ।
ਧੁੱਪ ਨਾਲ ਕਾਲੇ ਹੋ ਗਏ ਨੇ ਕਿ ਉਦਾਂ ਆ ਰਹੇ ਨੇ ਨਹੀਂ ਬੜਾ ਵਧੀਆ ਨੇਚਰ ਸਾਰੀ ਬੜੇ ਚੰਗੇ ਬੜਾ ਪਿਆਰ ਕੀਤਾ ਉਹਨਾਂ ਨੇ ਹਨਾ ਸੋ ਤੁਸੀਂ ਵੀ ਗਾਈਜ਼ ਉਹਨਾਂ ਦਾ ਆਪਾਂ ਡਿਸਕ੍ਰਿਪਸ਼ਨ ਦੇਣਾ ਉਹਨਾਂ ਦਾ ਚੈਨਲ YouTube ਦਾ ਤੇ ਸਬਸਕ੍ਰਾਈਬ ਕਰਨਾ ਨਵਾਂ ਹੀ ਬਣਾਇਆ ਹੋਣਾ ਨਾ ਸੋ ਤੁਸੀਂ ਉਹਨਾਂ ਨੂੰ ਸਬਸਕ੍ਰਾਈਬ ਕਰਿਓ ਜੀ MN ਮੰਨਤ ਨੂਰ ਮੈਲੋਡੀ MN ਮੈਲੋਡੀ ਜੋ ਆਪਾਂ ਮੈਂਸ਼ਨ ਕਰਾਂਗੇ ਸੋ ਗਾਈਜ਼ ਹੁਣ ਅਸੀਂ ਵੀਡੀਓ ਦਾ ਅੱਜ ਕਰਦੇ ਹਾਂ ਐਂਡ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਤੇ ਸਾਡੀ ਅੱਜ ਦੀ ਵੀਡੀਓ ਨੂੰ ਲਾਈਕ ਕਰ ਦਿਓ ਮੈਕਸਿਮਮ ਸ਼ੇਅਰ ਕਰਿਓ ਐਂਡ ਫਿਰ ਤੇ ਬੋਲ ਲੱਗੇ ਕਮੈਂਟ ਕਰਿਓ ਕਮੈਂਟ ਲਾਈਕ ਸ਼ੇਅਰ ਕਮੈਂਟ ਆਗ ਲਗਾ ਦਿਓ ਆਗ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸਾਡੇ ਜਿਹੜੇ ਚੈਨਲ ਦਾ ਬੈਲ ਆਇਕਨ ਹੈ ਉਹਨੂੰ ਪ੍ਰੈਸ ਕਰ ਦਿਓ ਜਿਵੇਂ ਤੁਹਾਨੂੰ ਨਵੀਂ ਨਵੀਂ ਵੀਡੀਓਸ ਦੀ ਅਪਡੇਟ ਮਿਲਦੀ ਰਹੇ ਓਕੇ ਬਾਏ ਥੈਂਕ ਯੂ ਸੋ ਮਚ ਗਾਈਜ਼ ਲਵ ਯੂ ਸੋ ਮਚ ਬਹੁਤ ਸਾਰਾ ਪਿਆਰ ਤੁਸੀਂ ਐਵੇਂ ਪਿਆਰ ਬਣਾਈ ਰੱਖਿਆ ਜੀ ਮਿਲਦੇ ਹਾਂ ਨੈਕਸਟ ਵੀਡੀਓ ਤੇ ਲਾਈਕ ਵੀਡੀਓ ਨੂੰ ਦੱਬ ਕੇ ਕਰਿਆ ਕਰੋ ਬਾਏ ਬਾਏ ਟੇਕ ਕੇਅਰ ਬਾਏ 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 ਕਰੋ ਬਾਏ ਬਾਏ ਮੇਰੇ ਕੰਨਾਂ 'ਚ ਪਤਾ ਨਹੀਂ ਕੀ ਬੋਲੀ ਜਾਂਦੇ ਬਾਏ ਬਾਏ